ਹੋਰ ਸਾਰੇ ਠੀਕ ਠਾਕ ਹੋ ਦੋਸਤੋ? ਅਤੇ ਇੱਕ ਬੜੀ ਹੀ ਜ਼ਰੂਰੀ ਜਾਣਕਾਰੀ ਹੈ ਅਤੇ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਕਿਉਂਕਿ ਬੜੇ ਸਾਰੇ ਲੋਕ ਨੇ ਜਿਹੜੇ ਕਿ ਪਰੇਸ਼ਾਨ ਨੇ ਉਸ ਚੀਜ਼ ਤੋਂ। ਅਤੇ ਬੜੇ ਸਾਰੇ ਲੋਕ ਇਹ ਵੀ ਕਹਿੰਦੇ ਨੇ ਸਾਨੂੰ ਕੋਈ ਦੱਸੋ, ਸਾਨੂੰ ਕੋਈ ਦੱਸੋ, ਸਾਨੂੰ ਕੋਈ ਦੱਸੋ, ਕਿਸੇ ਨੂੰ ਪਤਾ ਨਹੀਂ ਲੱਗ ਪਾਉਂਦਾ। ਅਤੇ ਅੱਜ ਮੈਨੂੰ ਯੂਟਿਊਬ ਦੇ ਉੱਤੇ ਤਾਂ ਪਾਉਣ ਲੱਗਾ ਤਾਂ ਕਿ ਜਿਨ੍ਹਾਂ ਲੋਕਾਂ ਨੂੰ ਉਸ ਟਾਈਪ ਦੀ ਪ੍ਰੋਬਲਮ ਹੈ ਉਹ ਜ਼ਰੂਰ ਜਾ ਕੇ ਆਪਣਾ ਇਲਾਜ ਉੱਥੇ ਕਰ ਸਕਦੇ ਨੇ। ਅਤੇ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਨਾਲ ਇਹ ਵੀ ਮੈਂ ਕਹਾਂਗਾ ਕਿ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਆਪਣਾ ਤਾਂ ਚਲੋ ਆਪਾਂ ਭਲਾ ਮੰਗਦੇ ਹੀ ਹਨ, ਅਤੇ ਦੂਜਿਆਂ ਦਾ ਵੀ ਭਲਾ ਹੋ ਸਕੇ, ਸਰਬੱਤ ਦਾ ਭਲਾ ਹੋ ਸਕੇ, ਸਾਰੇ ਇਸ ਚੀਜ਼ ਤੋਂ ਫਾਇਦਾ ਚੱਕ ਸਕਣ, ਕਿਉਂਕਿ ਮਹਾਰਾਜ ਨੇ ਜਿਹੜੀ ਕਿਰਪਾ ਕੀਤੀ ਉਹ ਸਾਰਿਆਂ ਤੱਕ ਸ਼ੇਅਰ ਹੋ ਜੇ। ਅਤੇ ਇਹ ਵੀਡੀਓ ਜ਼ਰੂਰ ਸਾਰਿਆਂ ਤੱਕ ਸ਼ੇਅਰ ਜ਼ਰੂਰ ਕਰਿਓ ਬਾਈ, ਜਿਹੜਾ ਵੀ ਦੇਖਦਾ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਇੱਕ ਵਾਰੀ ਕਰ ਦੇਣਾ, ਤਾਂ ਕਿ ਅੱਗੇ ਤੋਂ ਅੱਗੇ ਜਾਏਗੀ, ਲੋਕਾਂ ਤੱਕ ਪਹੁੰਚੇਗੀ, ਉਹਨਾਂ ਦਾ ਵੀ ਭਲਾ ਹੋ ਸਕਦਾ ਉੱਥੇ ਆ ਕੇ, ਅਗਰ ਉਹ ਚਾਹਣ ਤਾਂ ਜ਼ਰੂਰ ਉੱਥੇ ਪਹੁੰਚ ਕੇ ਆਪਣੀ ਜੋ ਵੀ ਬਿਮਾਰੀ ਹੈ, ਜੋ ਵੀ ਇਲਾਜ ਹੈ ਉਹਦਾ ਜ਼ਰੂਰ ਕਰ ਸਕਣ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਇੱਕ ਵਾਰੀ, ਅਤੇ ਆ ਜਾਓ ਆਪਾਂ ਦੇਖਦੇ ਹਾਂ। ਦੇਖੋ ਤੀਜੀ ਚੀਜ਼ ਫਿਰ ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਹੱਥ ਦਾ ਇਹ ਜਿਹੜਾ ਜਿਹਨਾਂ ਅਸੀਂ ਛਟਾ ਸਾਹਿਬ ਬੋਲੇ, ਛਟੀ ਜਿਵੇਂ ਆਪਾਂ ਘੋੜੇ 'ਤੇ ਲੈ ਕੇ ਪਹਿਲੋਂ ਗੁਰੂ ਮਹਾਰਾਜ ਚੱਲਦੇ ਸੀ, ਤਾਂ ਇਹਦੇ ਨਾਲ ਵਰ ਮਿਲਿਆ ਸੀ ਵੀ ਹਲਕਾ ਕੁੱਤਾ ਵੜ ਜੇ, ਗਲ 'ਤੇ ਟੌਂਸਰ ਹੋ ਜਾਣ, ਕੋਹੜੀ ਹੋ ਜੇ, ਲਾ ਇਲਾਜ ਬਿਮਾਰੀ ਹੋਵੇ ਤਾਂ ਸਿਰਫ ਮੱਥੇ ਦੇ ਛੋਣ ਨਾਲ ਠੀਕ ਹੋ ਜਾਂਦਾ ਜਿਹੜਾ ਸ਼ਰਧਾ ਨਾਲ ਆਉਂਦਾ। ਹੁਣ ਸਾਡੇ ਕੋਲ ਕਈ ਬੰਦੇ ਇਸ ਤਰ੍ਹਾਂ ਦੇ ਆਉਂਦੇ ਨੇ ਜਿਵੇਂ ਵਲਟੀਨੇਟਰ 'ਤੇ ਲੈ ਕੇ ਆਉਂਦੇ ਨੇ ਜੀ ਚੰਨੀ PGI 'ਚੋਂ, ਤਾਂ ਉਹ 40 ਦਿਨ ਬਾਅਦ ਆਣ ਕੇ ਇੱਥੇ ਸਾਡੇ ਕੋਲ ਸੇਵਾ ਕਰਕੇ ਗਏ ਨੇ, ਜਿਨ੍ਹਾਂ ਨੂੰ ਜਵਾਬ ਮਿਲ ਗਿਆ। ਤਾਂ ਇੱਕ ਇੱਥੋਂ ਦਾ ਕੁਲਸ਼ੇਤਰ ਦਾ ਗੱਡੀ ਵਾਲਾ, ਉਹ ਐਂਬੂਲੈਂਸ ਚਲਾਉਂਦਾ, ਉਹ ਜਿਹੜਾ ਉੱਥੇ ਮਰੀਜ਼ ਜ਼ਿਆਦਾ ਢਿੱਲਾ ਹੁੰਦਾ ਉਹਨੂੰ ਸਾਡੇ ਕੋਲ ਲਿਆਉਂਦਾ ਇੱਥੇ। ਅਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਵੀ ਮੈਨੂੰ ਲੱਗਦਾ ਘੱਟ ਤੋਂ ਘੱਟ 40-50 ਪਰਿਵਾਰ ਤਾਂ ਇਸ ਤਰ੍ਹਾਂ ਦੇ ਮਰੀਜ਼ ਠੀਕ ਹੋਏ ਨੇ ਜਿਨ੍ਹਾਂ ਨੂੰ ਕੈਂਸਰ ਪੂਰਾ ਸੀ। ਵੀ ਇੱਕ ਚੰਦੂ ਮਾਜਰੇ ਤੋਂ ਇੱਕ ਪ੍ਰੋਫੈਸਰ ਨੇ ਚੰਡੀਗੜ੍ਹ 'ਚ, ਉਹਨਾਂ ਨੂੰ ਕੈਂਸਰ ਦੱਸ ਦਿੱਤਾ, 40 'ਚ ਵੀ ਦਾਖਲ ਰਹੇ ਸਾਰਿਆਂ ਨੇ। ਜਦੋਂ ਉਹਨਾਂ ਨੂੰ ਪੂਰਾ ਕੈਂਸਰ ਪੂਰਾ ਹੋ ਗਈ ਸ਼ਿਕਾਇਤ, ਤਾਂ ਕਿਤੇ ਕੁਦਰਤੀ ਉਹਨਾਂ ਦਾ ਪਰਿਵਾਰ ਇੱਥੇ ਲਿਆ ਵੀ ਚਲੋ ਜਾਂਦੇ ਘਰ ਦਰਸ਼ਨ ਕਰ ਲੈਂਦੇ ਹਾਂ। ਅੱਜ ਉਹ ਠੀਕ ਠਾਕ ਨੇ, ਫਿਰ ਇੱਥੇ ਆਉਂਦੇ ਨੇ, ਪਿਛਲੀ ਵਾਰੀ ਮੇਰੇ ਕੋਲ ਆ ਕੇ ਗਏ ਸੀ ਤਾਂ 9 ਵਾਰ ਨਾਉਣੇ ਇੱਥੇ ਮਹਾਰਾਜ ਦੀ ਗੁਰੂ। ਜਿਹੜਾ ਸ਼ਰਧਾ ਨਾਲ ਆ ਜਾਂਦਾ ਤਾਂ ਉਹਨੂੰ ਕੋਈ ਵੀ ਬਿਮਾਰੀ ਹੈ, ਸਾਨੂੰ ਨਹੀਂ ਦੱਸੀ ਤਾਂ ਵੀ ਉਹਨਾਂ ਦਾ ਠੀਕ ਹੋ ਜਾਣਾ। ਬਾਕੀ ਅਰਦਾਸ ਬੇਨਤੀ ਹੁੰਦੀ। ਹਾਂਜੀ,